ਇਸ਼ੂਆਂ ਦੇ ਨਾਲ ਪੰਜਾਂ ਪਿਆਰਿਆਂ ਦੀ ਤੁਲਨਾ ਕੀਤੀ ਉਸ ਬੀਬੀ ਨੇ ਆਪਣੇ ਲੈਕਚਰ ਦੇ ਵਿੱਚ, ਅਤੇ ਮੈਂ ਹੈਰਾਨ ਹੋ ਗਿਆ। ਕਈਆਂ ਨੇ ਵੇਖਿਆ ਹੋਏਗਾ, ਉਹ ਭਲੀ ਬੀਬੀ ਨੂੰ ਇਹ ਨਹੀਂ ਪਤਾ ਤੂੰ ਭਿਕਸ਼ੂਆਂ ਦਾ ਮੁਕਾਬਲਾ ਪੰਜਾਂ ਪਿਆਰਿਆਂ ਨਾਲ ਕਿਵੇਂ ਕਰ ਸਕਦੀ ਹੈ ਭਲੀਏ? ਭਿਕਸ਼ੂ ਨੂੰ ਤਾਂ ਮਹਾਤਮਾ ਬੁੱਧ ਇਹ ਕਹੇ, ਹੁਣ ਇਹ ਧਰਮ ਕਿੱਥੋਂ ਪੈਦਾ ਹੋਇਆ? ਬਦਲੇ 'ਚੋਂ। ਜੇ ਉਸ ਸਾਕਿਆ ਮੁਨੀਏ ਦੀ ਰਾਣੀਆਂ ਦੇ ਨਾਲ ਬ੍ਰਾਹਮਣ ਵਿਵਚਾਰ ਨਾ ਕਰਦਾ ਹੁੰਦਾ ਤਾਂ ਸ਼ਾਇਦ ਬੁੱਧ ਧਰਮ ਹੋਂਦ ਵਿੱਚ ਨਾ ਆਉਂਦਾ। ਬੁੱਧ ਧਰਮ ਹੋਂਦ ਵਿੱਚ ਆਉਣ ਦਾ ਕਾਰਨ ਕਿ ਬ੍ਰਾਹਮਣ ਦੀ ਨੀਵੀਂ ਸੋਚ, ਅਤੇ ਬੁੱਧ ਧਰਮ ਹੋਂਦ ਵਿੱਚ ਆਇਆ ਕਿ ਗੁਰੂ ਨਾਨਕ ਸਾਹਿਬ ਦਾ ਧਰਮ ਇਸ ਕਰਕੇ ਹੋਂਦ ਵਿੱਚ ਆਇਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਧਰਮ 'ਤੇ ਕੋਈ ਅਟੈਕ ਕਰ ਰਿਹਾ ਹੋਵੇ। ਗੁਰੂ ਨਾਨਕ ਸਾਹਿਬ ਤਾਂ ਦੁਨੀਆਂ ਦੇ ਬਦਲੇ, ਜਨੇਊ ਤਾਂ ਗੁਰੂ ਨਾਨਕ ਸਾਹਿਬ ਨੂੰ ਪਵਾ ਰਹੇ ਸਨ। ਗੁਰੂ ਸਾਹਿਬ ਤਾਂ ਉਸ ਵੇਲੇ ਉੱਚੀ ਬਾਂਹ ਕਰਕੇ ਕਹਿੰਦੇ ਸਨ, ਜਨੇਊ ਪਾ ਕੇ ਮੈਂ ਆਪਣੀ ਮਾਂ ਨਾਲੋਂ ਵੱਡਾ ਨਹੀਂ ਬਣਨਾ ਚਾਹੁੰਦਾ, ਮੈਂ ਆਪਣੇ ਭਰਾਵਾਂ ਨਾਲੋਂ ਵੱਖਰਾ ਨਹੀਂ ਹੋਣਾ ਚਾਹੁੰਦਾ। ਜੇ ਜਨੇਊ ਪਾਉਣਾ ਹੈ ਤਾਂ ਆਮ ਸ਼ੂਦਰ ਵਿਅਕਤੀ ਜਿਹੜਾ ਦਲਤ ਹੈ ਉਸ ਨੂੰ ਵੀ ਪਾਓ। ਇਸ ਤੋਂ ਅੱਗੇ ਇੱਥੇ ਬਸ ਨਹੀਂ, ਇੱਕ ਗੱਲ ਉਹਨੇ ਆਪਣੇ ਲੈਕਚਰ ਵਿੱਚ ਇਹ ਵੀ ਕਹੀ ਹੈ ਕਿ ਪੰਜ ਭਿਕਸ਼ੂ ਜਿਹੜੇ ਸਨ ਉਹਨਾਂ ਨੂੰ ਬ੍ਰਹਮ ਦਾ ਗਿਆਨ ਦਿੱਤਾ, ਉਹਨਾਂ ਘਰ ਘਰ ਜਾ ਕੇ ਪ੍ਰਚਾਰਿਆ। ਅਤੇ ਬੁੱਧ ਦੀ ਸੋਚ ਇਹ ਸੀ, ਆਪਣਿਆਂ ਭਿਕਸ਼ੂਆਂ ਨੂੰ ਕਹਿੰਦਾ ਸੀ ਤੁਸੀਂ ਕਿਰਤ ਨਹੀਂ ਕਰਨੀ, ਮੰਗ ਕੇ ਖਾਣਾ। ਕਿ ਸਿੱਖ ਧਰਮ ਮੰਗ ਕੇ ਖਾਂਦਾ ਹੈ? ਸਿੱਖ ਧਰਮ ਵੀ ਤਾਂ ਇਹ ਗੱਲ ਆਖੀ ਹੈ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਕਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਆਂ ਪਾਏ, ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸਿੱਖ ਧਰਮ ਦੀ ਸੋਚ ਖੁਦ ਕਿਰਤ ਕਰਨੀ ਹੈ, ਅਤੇ ਮਹਾਤਮਾ ਬੁੱਧ ਆਪਣੇ ਭਿਕਸ਼ੂ ਨੂੰ ਕਹਿੰਦਾ ਸੀ ਮੰਗ ਕੇ ਖਾਣਾ ਹੈ। ਅਤੇ ਆਪ ਜੀ ਨੂੰ ਪਤਾ ਹੋਵੇ ਥਾਈਲੈਂਡ ਦੀ ਪੂਰੀ ਕੰਟਰੀ ਭਿਕਸ਼ੂਆਂ ਨਾਲ ਭਰੀ ਪਈ ਸੀ, ਅਤੇ ਕੁਝ ਸਮਾਂ ਪਾ ਕੇ ਸਰਕਾਰ ਨੇ ਕਿਹਾ ਇੰਨੇ ਮੰਗਤੇ ਹੋ ਗਏ, ਅਸੀਂ ਰੋਟੀ ਕਿੱਥੋਂ ਦੇਵਾਂਗੇ? ਉਹਨਾਂ ਨੇ ਕਾਨੂੰਨ ਬਣਾਇਆ, ਉਹਨਾਂ ਭਿਕਸ਼ੂਆਂ ਨੂੰ ਕਿਹਾ ਤੁਸੀਂ ਗ੍ਰਿਸਤ ਧਾਰਨ ਕਰੋ, ਗ੍ਰਿਸਤੀ ਹੋਵੋਗੇ, ਤੁਹਾਡੇ ਬੱਚੇ ਰੋਂਦੇ ਹੋਣਗੇ, ਕਮਾ ਕੇ ਲਿਆਓਗੇ। ਉਹਨਾਂ ਨੂੰ ਇਹ ਗੱਲ ਮੰਨਣੀ ਪਈ, ਗ੍ਰਿਸਤੀ ਬਣ ਗਏ, ਦੋ ਚਾਰ ਭਿਕਸ਼ੂ ਉਹਨਾਂ ਦੇ ਰਹਿ ਗਏ। ਬਹੁਤ ਆ ਤਾਂ ਹੀ ਤੁਹਾਨੂੰ ਅੱਜ ਭਿਕਸ਼ੂ ਮਿਲਦੇ ਨਹੀਂ, ਪਰ ਉਸ ਬੀਬੀ ਦੀ ਸੌੜੀ ਸੋਚ ਨੇ, ਉਸ ਲੈਕਚਰਾਰ ਨੇ ਇਹ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਬੁੱਧ ਧਰਮ ਵਿੱਚੋਂ ਪੈਦਾ ਹੋਈ। ਭਲੀਏ, ਭਿਕਸ਼ੂ ਤਾਂ ਦਰ ਦਰ 'ਤੇ ਮੰਗਦੇ ਸਨ, ਸਿੱਖ ਤਾਂ ਉਹ ਧਰਮ ਹੈ ਜਿਹਦੇ ਕੋਲ ਲੋਕ ਆਣ ਕੇ ਅਰਦਾਸਾਂ ਕਰਦੇ ਸਨ। ਅਤੇ ਫਿਰ ਉਹਨੇ ਕਹੀ ਜਿਹੜੀ ਆ ਤਲਵਾਰ ਚਲਾਉਣ ਦੀ ਗੱਲ, ਮਾਰਸ਼ਲ ਆਰਟ ਦੀ ਗੱਲ, ਲੜਾਕੂ ਕੌਮ ਦੀ ਗੱਲ, ਉਹਨੇ ਆਖਿਆ ਗੁਰੂ ਗੋਬਿੰਦ ਸਿੰਘ ਨੇ ਕੋਈ ਵੱਖਰੀ ਨਹੀਂ ਕੀਤੀ। ਇਹ ਵੀ ਮਹਾਤਮਾ ਬੁੱਧ ਉਦੋਂ ਕਰ ਗਿਆ ਜਦੋਂ ਭਿਕਸ਼ੂਆਂ 'ਤੇ ਹਮਲਾ ਹੁੰਦਾ ਸੀ, ਅਤੇ ਉਹਨੂੰ ਭਲੀ ਨੂੰ ਇਹ ਨਹੀਂ ਪਤਾ ਭਿਕਸ਼ੂਆਂ ਨੇ ਆਪਣਾ ਆਪ ਬਚਾਉਣ ਲਈ ਹਥਿਆਰ ਚੁੱਕੇ ਸਨ, ਪਰ ਸਿੱਖਾਂ ਨੇ ਆਪਣਾ ਆਪ ਬਚਾਉਣ ਲਈ ਹਥਿਆਰ ਨਹੀਂ ਚੁੱਕੇ। ਇੱਥੇ ਤਾਂ ਹਿੰਦੁਸਤਾਨ ਦੀਆਂ ਔਰਤਾਂ ਕਹਿੰਦੀਆਂ ਸਨ, ਸ਼ਈ ਬਾਬਾ ਸ਼ਈ, ਰੰਨ ਬਸਰੇ ਨੂੰ ਗਈ, ਮੋੜੀ ਬਾਬਾ ਕੱਛ ਵਾਲਿਆ ਵੇ, ਮੋੜੀ ਬਾਬਾ ਟਾਂਗ ਵਾਲਿਆ। ਇੱਥੇ ਤਾਂ ਸਿੱਖ ਨੂੰ ਕਿਸੇ ਸਿੱਖ ਦੀ ਧੀ ਭੈਣ ਨੂੰ ਚੁੱਕ ਕੇ ਗਜਨੀ ਦੇ ਬਾਜ਼ਾਰ 'ਚ ਨਹੀਂ ਸੀ ਵੇਚਿਆ, ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਨਿਲਾਮ ਕੀਤਾ ਗਿਆ ਗਜਨੀ ਦੇ ਬਾਜ਼ਾਰ ਵਿੱਚ ਜਾ ਜਾ ਕੇ। ਸਿੱਖਾਂ ਨੇ ਜਾ ਕੇ ਉਹਨਾਂ ਦੀ ਪੱਤ ਬਚਾਈ ਸੀ। ਸਿੱਖਾਂ ਨੇ ਜਾ ਕੇ ਉਹਨਾਂ ਦਾ ਘਰ ਘਰ ਘਾਟ ਜਿਹੜਾ ਸੀ ਉਹਨਾਂ ਦੇ ਘਰੋਂ ਧੀਆਂ ਭੈਣਾਂ ਬਚਾ ਕੇ ਘਰ ਘਰ ਪਹੁੰਚਾਈਆਂ ਸਨ। ਅਤੇ ਗੁਰੂ ਪਿਆਰਿਓ, ਨੈੱਟ ਤੋਂ ਇਹ ਚੀਜ਼ਾਂ ਵੇਖਣ ਦੀ ਲੋੜ ਹੈ। ਅੱਜ ਲੋੜ ਕੇਵਲ ਇਹੋ ਹੀ ਨਹੀਂ ਕਿ ਅਸੀਂ ਅੱਖਾਂ ਮੀਟ ਮੀਟ ਕੇ ਬਾਣੀ ਪੜੀ ਜਾਈਏ, ਅੱਜ ਲੋੜ ਹੈ, ਸਾਡੇ ਨੌਜਵਾਨ ਯੂਨੀਵਰਸਿਟੀਆਂ ਸਟੱਡੀ ਕਰ ਰਹੇ ਨੇ, PhDਆਂ ਕਰ ਰਹੇ ਨੇ, ਉਹਨਾਂ ਨੌਜਵਾਨਾਂ ਨੂੰ ਅੱਜ ਇਹ ਧਰਮ ਬਾਰੇ ਦੱਸਣ ਦੀ ਲੋੜ ਹੈ। ਤੁਸੀਂ ਵੱਡੇ ਵੱਡੇ ਅਫਸਰ ਬਣੋ, ਪਰ ਤੁਸੀਂ ਜਦੋਂ ਤੁਹਾਡੇ ਕੋਲ ਆਵੇ ਤੁਸੀਂ ਆਪਣੇ ਧਰਮ ਬਾਰੇ ਦੱਸ ਸਕੋ ਕਿ ਇਹ ਧਰਮ ਕਿੱਡਾ ਵਿਸ਼ਾਲ ਹੈ, ਇਸ ਧਰਮ ਦੇ ਵਿੱਚ ਹਰ ਬੰਦਾ ਆਣ ਕੇ ਗੁਰੂ ਦਾ ਗਿਆਨ ਪ੍ਰਾਪਤ ਕਰ ਸਕਦਾ। ਅਸੀਂ ਕਿਸੇ ਦੇ ਵਿਰੁੱਧ ਨਹੀਂ ਹਾਂ, ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਖਿਲਾਫ਼ ਬੋਲੀਏ। ਸ਼ਾਇਦ ਮੇਰੇ ਇਸ ਵਿਚਾਰਾਂ ਤੋਂ ਕਿਸੇ ਨੂੰ ਲੱਗਦਾ ਹੋਵੇ ਕਿ ਮੈਂ ਭੜਕੀਲਾ ਪ੍ਰਚਾਰ ਕਰ ਰਿਹਾ, ਨਹੀਂ, ਪਰ ਸਾਨੂੰ ਹੱਕ ਹੈ ਕਿ ਸਾਡੇ ਘਰ ਆ ਕੇ ਕੋਈ ਸਾਡੇ ਬਾਪੂ ਦੀ ਪੱਗ ਨੂੰ ਹੱਥ ਪਾਵੇ, ਅਸੀਂ ਜਵਾਬ ਦੇ ਸਕੀਏ। ਹਾਂ, ਐਸਾ ਕਰਦੇ ਹਾਂ ਸਾਡਾ ਸਰੀਰ ਵੀ ਚਲਾ ਜਾਏ ਤਾਂ ਅਸੀਂ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਾਂਗੇ ਕਿ ਅਸੀਂ ਸੱਚ ਬੋਲਦੇ ਹਾਂ, ਮਾਇਆ ਕਾਰਨ ਨਹੀਂ।
ਕਿਉਂਕਿ ਮਾਇਆ ਕਾਰਨ ਦੁਨੀਆਂ ਦੇ ਲੋਕ ਦੀਨ ਗਵਾ ਸਕਦੇ ਨੇ। ਦੁੱਖ ਉਦੋਂ ਹੁੰਦਾ ਹੈ ਜਦੋਂ ਅਸੀਂ ਸੱਚ ਦੇ ਗਲੇ 'ਚ ਗੂਠਾ ਦੇ ਕੇ ਕੇਵਲ ਚਾਰ ਛਿਲਡਾਂ ਦੇ ਬਦਲੇ ਅਸੀਂ ਸੰਸਾਰ 'ਤੇ ਉਹਨਾਂ ਬੰਦਿਆਂ ਦੀ ਤਾਰੀਫ ਕਰ ਦਿੰਦੇ ਹਾਂ ਜਿਹੜੇ ਧਰਮ ਦਾ ਖੁਦ ਬਲਾਤਕਾਰ ਕਰਨ ਵਾਲੇ ਨੇ, ਧਰਮ ਦਾ ਰੇਪ ਕਰਨ ਵਾਲੇ ਨੇ, ਧਰਮ ਤੋਂ ਕੋਹਾਂ ਦੂਰ ਜਾ ਕੇ ਝੂਠ ਦਾ ਪਲੰਦਾ ਲੈ ਕੇ ਸਾਡੇ ਸਾਹਮਣੇ ਆਉਂਦੇ ਨੇ, ਉਦੋਂ ਸਾਡਾ ਮਨ ਜ਼ਰੂਰ ਟੁੱਟਦਾ ਹੈ। ਪਿਆਰਿਓ, ਜਾਗਣ ਦੀ ਲੋੜ ਹੈ। ਉਸ ਬੀਬੀ ਨੇ ਆਪਣੇ ਲੈਕਚਰ 'ਚ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ, ਦੋ ਚਾਰ ਹਿੰਟ ਹੀ ਤੁਹਾਡੇ ਨਾਲ ਸਾਂਝੇ ਕੀਤੇ ਨੇ। 9 ਮਿੰਟਾਂ 'ਚ ਇੱਥੋਂ ਤੱਕ ਉਹਨੇ ਲਫ਼ਜ਼ ਵਰਤਿਆ ਕਿ ਇੱਕ ਕਮਲੇ ਹੋ ਗਏ ਸਿੱਖ ਜਿਹੜੇ ਆਪਣੇ ਤੰਨਾਂ 'ਤੇ ਤਲਵਾਰਾਂ ਪਾਈ ਫਿਰਦੇ ਨੇ। ਮੈਂ ਨਹੀਂ ਕਹਿੰਦਾ ਕਿ ਸਾਨੂੰ ਕੋਈ ਭੜਕੀਲਾ ਪ੍ਰਚਾਰ ਉਹਦੇ ਵਿਰੁੱਧ ਕਰਨਾ ਚਾਹੀਦਾ, ਪਰ ਉਸ ਜੇ ਉਹ ਬੀਬੀ ਸੁਣਦੀ ਹੋਵੇ ਜਾਂ ਉਸ ਬੀਬੀ ਦਾ ਕੋਈ ਪ੍ਰਚਾਰਕ ਸੁਣਦਾ ਹੋਵੇ, ਤਰਲਾ ਜ਼ਰੂਰ ਹੈ ਉਸ ਭੈਣ ਦੇ ਅੱਗੇ ਕਿ ਬਹਿ ਟੇਬਲ 'ਤੇ ਆਣ ਕੇ ਸਾਡੇ ਨਾਲ ਵਿਚਾਰ ਕਰ। ਤੈਨੂੰ ਫਿਰ ਦੱਸਾਂਗੇ ਕਿ ਮਹਾਤਮਾ ਬੁੱਧ ਅਤੇ ਸਿੱਖ ਧਰਮ 'ਚ ਫਰਕ ਕੀ ਹੈ, ਕਿ ਕੋਹਾਂ ਦੂਰ ਹੈ ਮਹਾਤਮਾ ਬੁੱਧ ਦੀ ਫਿਲੋਸਫੀ ਗੁਰੂ ਨਾਨਕ ਦੇ ਧਰਮ ਤੋਂ ਇੱਥੇ ਤੱਕ, ਕਿਉਂਕਿ ਮਹਾਤਮਾ ਬੁੱਧ ਦੀ ਸੋਚ ਹੈ ਕਹਿੰਦੀ ਸੀ ਜਦੋਂ ਤੁਰੇ ਤਾਂ 4 ਫੁੱਟ ਤੋਂ ਅੱਗੇ ਤਾਂ ਨਹੀਂ ਵੇਖਣਾ। ਮਹਾਤਮਾ ਬੁੱਧ ਆਪਣੇ ਭਿਕਸ਼ੂਆਂ ਨੂੰ ਕਹਿੰਦਾ ਸੀ ਜਦੋਂ ਤੁਸੀਂ ਤੁਰਨਾ ਨਾ ਧਰਤੀ 'ਤੇ 4 ਫੁੱਟ ਧਰਤੀ ਤੋਂ ਅੱਗੇ ਨਹੀਂ ਵੇਖਣਾ, ਜੇ ਅੱਗਾ ਵੇਖੋਗੇ ਹੋ ਸਕਦਾ ਤੁਹਾਡਾ ਧਿਆਨ ਕਿਸੇ ਔਰਤ 'ਤੇ ਪੈ ਜਾਏ। ਔਰਤ ਬਦਲੇ ਇਤਨੀ ਨੀਵੀਂ ਸੋਚ ਕਿ 4 ਫੁੱਟ ਜਦੋਂ ਤੁਸੀਂ ਤਾਂ ਵੇਖੋਗੇ ਹੋ ਸਕਦਾ ਤੁਹਾਡਾ ਕਿਸੇ ਔਰਤ 'ਤੇ ਧਿਆਨ ਪੈ ਜਾਏ। ਇਹ ਵੀ ਆਪਣੇ ਭਿਕਸ਼ੂਆਂ ਨੂੰ ਆਖਿਆ ਜੇ ਤੁਹਾਡਾ ਧਿਆਨ ਕਿਸੇ ਔਰਤ 'ਤੇ ਪੈ ਗਿਆ ਤਾਂ ਉਹਨੂੰ ਛੂਹਣਾ ਨਹੀਂ, ਜੇ ਛੂਹ ਲਿਆ ਤਾਂ ਉਹਨੂੰ ਕਵਾਉਣਾ ਨਹੀਂ, ਜੇ ਕਵਾ ਲਿਆ ਆਪਣੇ ਹੋਸ਼ ਨਹੀਂ ਗਵਾਉਣੇ। ਇਹ ਮਹਾਤਮਾ ਬੁੱਧ ਦੀ ਫਿਲੋਸਫੀ। ਅਤੇ ਉਹ 4 ਭਗਤ ਜਿਹੜੇ ਬਾਣੀ ਲੈ ਕੇ ਆਏ ਗੁਰੂ ਅਰਜਨ ਸਾਹਿਬ ਦੇ ਕੋਲ, ਉਹਨਾਂ 'ਚੋਂ ਇੱਕ ਭਗਤ ਨੇ ਆਖਿਆ ਸੀ ਕਾਗਜ਼ ਸੰਧੀ ਪੂਤਰੀ ਤਾਂ ਉਹ ਨਾ ਤਰਿਆ ਨਿਹਾਰ। ਮਹਾਰਾਜ ਕਹਿੰਦੇ ਸੁਣਾ ਭਲਿਆ ਕਿਹੜੀ ਕਵਿਤਾ ਲੈ ਕੇ ਆਇਆ। ਕਹਿੰਦਾ ਕਾਗਜ਼ ਦੀ ਬਣੀ ਇਸਤਰੀ ਹੋਵੇ ਉਹਦੇ ਵੱਲ ਵੀ ਨਹੀਂ ਟੱਕਣਾ, ਚੰਮ ਦੀ ਬਣੀ ਹੋਵੇ ਤਾਂ ਬਹੁਤ ਦੂਰ ਦੀ ਗੱਲ ਰਹੀ। ਮਹਾਰਾਜ ਕਹਿੰਦੇ ਲੈ ਜਾ ਆਪਣੀ ਕਵਿਤਾ, ਇਹਦੇ ਵਿੱਚ ਤਾਂ ਉਹ ਫਿਲੋਸਫੀ ਉਹ ਵਿਚਾਰ ਅੰਕਿਤ ਨੇ ਕਿ ਸੋ ਕੋ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਗੁਰੂ ਨਾਨਕ ਦਾ ਧਰਮ ਉਸ ਬੀਬੀ ਨੂੰ ਦੱਸਣਾ ਚਾਹਾਂਗੇ। ਗੁਰੂ ਨਾਨਕ ਦਾ ਧਰਮ ਤਾਂ ਔਰਤ ਨੂੰ ਕਹਿੰਦੇ ਮੰਦਾ ਕਿਉਂ ਆਖਣਾ ਹੈ, ਪਰ ਉਸ ਔਰਤ ਨੇ ਆਪਣੀ ਲੈਕਚਰ 'ਚ ਇੱਕ ਗੱਲ ਹੋਰ ਕਹੀ। ਉਹਨੇ ਆਖਿਆ ਸਿੱਖ ਫੜਾ ਮਾਰਦੇ ਨੇ ਕਿ ਅਸੀਂ ਬੀਬੀ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਦਰਬਾਰ ਸਾਹਿਬ 'ਚ ਅੱਜ ਤੱਕ ਕੀਰਤਨ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਬੀਬੀ ਦੇ ਲੈਕਚਰ ਵਿੱਚ ਇਹ ਪੰਕਤੀ ਅੰਕਿਤ ਹੈ। ਮੇਰੇ ਕੋਲ CD ਪਈ ਹੈ, ਕਿਸੇ ਨੂੰ ਸ਼ੱਕ ਹੋਵੇ ਤਾਂ 10-26 ਨੰਬਰ ਕਮਰੇ 'ਚ ਠਹਿਰੇ ਹੋਇਆ ਮੈਂ ਵਿਖਾ ਸਕਦਾ ਅਤੇ ਮੈਂ ਉਸ ਬੀਬੀ ਨੂੰ ਇਹ ਜਵਾਬ ਦੇਣਾ ਚਾਹਾਂਗਾ। ਬੀਬੀ, ਇਹ ਸੌੜੀ ਸੋਚ ਸਾਡੇ ਆਗੂਆਂ ਦੀ ਹੋ ਸਕਦੀ ਹੈ ਕਿ ਉਹਨਾਂ ਬੀਬੀਆਂ ਨੂੰ ਅੱਜ ਤੱਕ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ। ਇਹ ਕਲੰਕ ਮੇਰੇ ਗੁਰੂ 'ਤੇ ਨਾ ਲਾ, ਇਹ ਕਲੰਕ ਮੇਰੇ ਰਹਿਬਰ 'ਤੇ ਨਾ ਲਾ। ਇਹ ਬੰਦਿਆਂ ਦੀ ਸੌੜੀ ਸੋਚ ਹੋ ਸਕਦੀ ਹੈ ਜਿਹਨਾਂ ਅੱਜ ਤੱਕ ਬੀਬੀ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ। ਹਾਂ, ਹੁਣ ਤਾਂ 5 ਪਿਆਰਿਆਂ 'ਚ ਵੀ ਬੀਬੀਆਂ ਸ਼ਾਮਿਲ ਹੋਣ ਲੱਗ ਪਈਆਂ। ਅਸੀਂ ਦੱਸਣਾ ਚਾਹਾਂਗੇ ਉਸ ਬੀਬੀ ਨੂੰ ਕਿ ਬੁੱਧ ਦਾ ਧਰਮ ਕਹਿੰਦਾ ਸੀ ਕਿ ਔਰਤ ਵੱਲ ਤੱਕਣਾ ਨਹੀਂ। ਔਰਤ ਬਾਰੇ ਇੱਥੋਂ ਤੱਕ ਆਪ ਜੀ ਨੂੰ ਪਤਾ ਹੋਵੇ, ਮਹਾਤਮਾ ਬੁੱਧ ਦੇ ਨਾਲ ਇੱਕ ਲਫ਼ਜ਼ ਜੁੜਿਆ ਹੈ, ਗੌਤਮ ਬੁੱਧ। ਗੌਤਮੀ ਉਹਦੀ ਚਾਚੀ ਸੀ, ਮਤਰੇਈ ਮਾਂ ਸੀ, ਉਹਨੇ ਪਾਲਿਆ ਸੀ ਇਸ ਨੂੰ, ਪਾਲ ਕੇ ਜਵਾਨ ਕੀਤਾ। ਅਤੇ ਇੱਕ ਦਿਨ ਗੌਤਮੀ ਕਹਿਣ ਲੱਗੀ, ਬੁੱਧ ਪੁੱਤ ਮੈਨੂੰ ਵੀ ਕੋਈ ਸ਼ਿਕਸ਼ਾ ਦੇ, ਮੈਨੂੰ ਵੀ ਕੋਈ ਗਿਆਨ ਦੇ। ਅਤੇ ਮਹਾਤਮਾ ਬੁੱਧ ਕਹਿੰਦਾ ਵੀ ਔਰਤ ਵਾਸਤੇ ਸਾਡੀ ਸੋਚ ਨਹੀਂ ਵੀ ਗਿਆਨ ਦੇ ਸਕੀਏ। ਇਹ ਗੱਲ ਆਪਣੇ ਕੋਲੋਂ ਨਹੀਂ, ਇਹਨਾਂ ਦੀਆਂ ਗ੍ਰੰਥਾਂ 'ਚ ਇਹ ਗੱਲ ਲਿਖੀ ਹੋਈ ਹੈ, ਜਿਹੜੀ ਪਾਲੀ ਭਾਸ਼ਾ ਵਿੱਚ ਇਹਨਾਂ ਦਾ ਗ੍ਰੰਥ ਹੈ। ਮਹਾਤਮਾ ਬੁੱਧ ਦੇ ਜਿਉਂਦਿਆਂ ਨਹੀਂ ਲਿਖਿਆ ਗਿਆ, ਮਰਨ ਤੋਂ ਬਾਅਦ ਲਿਖਿਆ ਗਿਆ। ਇਹ ਗੱਲਾਂ ਮੈਂ ਤਾਂ ਕਹਿ ਰਿਹਾ ਕਿਉਂਕਿ ਉਹਦੇ ਲੈਕਚਰ ਵਿੱਚ ਇਹ ਕੋਟ ਨੇ ਗੱਲਾਂ, ਉਹ ਲੈਕਚਰ ਵਿੱਚੋਂ ਪੁਆਇੰਟ ਲੈ ਕੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਪਾਲੀ ਭਾਸ਼ਾ ਵਿੱਚ ਜੋ ਉਹਨੇ ਵਿਚਾਰ ਦਿੱਤੇ, ਮਹਾਤਮਾ ਬੁੱਧ ਦੇ ਜਿਉਂਦਿਆਂ ਗ੍ਰੰਥ ਨਹੀਂ ਲਿਖਿਆ ਗਿਆ। ਪਰ ਵਾਰੇ ਜਾਈਏ, ਸਿੱਖੋ ਆਪਣੇ ਗੁਰੂ ਤੋਂ, ਇੱਕ ਵੀ ਤੁਕ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਨਹੀਂ, ਗੁਰੂ ਸਾਹਿਬ ਜਿਉਂਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖ ਕੇ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ। ਮਹਾਤਮਾ ਬੁੱਧ ਨਾਲ ਕਿਵੇਂ ਤੁਲਨਾ ਕੀਤੀ ਜਾ ਸਕਦੀ ਹੈ? ਅਤੇ ਮਹਾਤਮਾ ਬੁੱਧ ਨੇ ਪਾਲੀ ਭਾਸ਼ਾ ਜਿਹੜੀਆਂ ਵਿਚਾਰਾਂ ਦਿੱਤੀਆਂ ਉਹਦੇ ਵਿੱਚ ਇੱਕ ਗੱਲ ਲਿਖੀ ਹੈ ਕਿ ਜਦੋਂ ਉਹਦੀ ਚਾਚੀ ਆਈ ਉਹਦੇ ਕੋਲੋਂ ਗਿਆਨ ਲੈਣ, ਅਤੇ ਮਹਾਤਮਾ ਬੁੱਧ ਕਹਿੰਦਾ ਵੈਸੇ ਔਰਤ ਵਾਸਤੇ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਵੀ ਤੈਨੂੰ ਅਸੀਂ ਗੁਰ ਦੀਖਿਆ ਦੇ ਸਕੀਏ, ਪਰ ਦੇ ਦਿੰਦੇ ਹਾਂ, ਤੂੰ ਕਿਉਂ ਮੈਨੂੰ ਪਾਲਿਆ ਹੈ।
ਇਹਦਾ ਅਰਥ ਅਹਿਸਾਨ ਕੀਤਾ ਉਹਦੇ 'ਤੇ। ਜੇ ਪਾਲਿਆ ਨਾ ਹੁੰਦਾ ਤਾਂ ਔਰਤ ਨੂੰ ਦੀਖਿਆ ਨਹੀਂ ਸੀ ਦੇਣੀ। ਗੌਤਮੀ ਨੂੰ ਦੀਖਿਆ ਦਿੱਤੀ ਅਤੇ ਦੀਖਿਆ ਦੇਣ ਲੱਗਿਆਂ ਇਹ ਗੱਲ ਕਹਿ ਦਿੱਤਾ ਬੁੱਧ ਨੇ, ਕਹਿਣ ਲੱਗਾ ਦੀਖਿਆ ਜੇ ਤੈਨੂੰ ਤਾਂ ਦਿੱਤੀ ਹੈ ਕਿਉਂਕਿ ਤੂੰ ਮੈਨੂੰ ਪਾਲਿਆ। ਜੇ ਨਾ ਪਾਲਿਆ ਹੁੰਦਾ ਤਾਂ ਔਰਤ ਵਾਸਤੇ ਬੁੱਧ ਦੀ ਦੀਖਿਆ ਨਹੀਂ ਕੇਵਲ ਮਰਦਾਂ ਵਾਸਤੇ ਸੀ। ਨਾਲ ਇੱਕ ਲਫ਼ਜ਼ ਵਰਤਿਆ, ਕਹਿਣ ਲੱਗੇ ਉੱਦਾਂ ਇਹ ਧਰਮ 5000 ਸਾਲ ਚੱਲਣਾ ਸੀ। ਬੁੱਧ ਨੇ ਕਿਹਾ ਇਹ ਧਰਮ 5000 ਸਾਲ ਚੱਲਣਾ ਸੀ, ਪਰ ਮੇਰੀਏ ਚਾਚੀਏ ਇਹ ਤੈਨੂੰ ਗਿਆਨ ਦੇਣ ਕਰਕੇ ਇਹ ਹੁਣ ਧਰਮ ਕੇਵਲ 500 ਸਾਲ ਹੀ ਚੱਲੇਗਾ, ਕਿਉਂਕਿ ਔਰਤ ਨੂੰ ਦੇ ਬੈਠਾ, ਗਲਤੀ ਕਰ ਬੈਠਾ। ਉਸ ਔਰਤ ਨੂੰ ਪੁੱਛਿਆ ਜਾਏ ਜਿਹੜੇ ਬੁੱਧ ਦੀ ਸੋਚ ਔਰਤ ਬਾਰੇ ਇਹ ਹੋਵੇ, ਉਸ ਬੁੱਧ ਨੂੰ ਮੇਰੇ ਗੁਰੂ ਨਾਨਕ ਨਾਲ ਮਿਲਾ ਦੇਵੇਂਗੀ? ਜਿਹੜੇ ਮੇਰੇ ਗੁਰੂ ਨਾਨਕ ਨੇ, ਜਿਹੜੇ ਮੇਰੇ ਗੁਰੂ ਨਾਨਕ ਦੀ ਪਹਿਲੀ ਸਿੱਖ ਬੇਬੇ ਨਾਨਕੀ ਹੈ, ਉਸ ਗੁਰੂ ਨਾਨਕ ਸਾਹਿਬ ਦੇ ਨਾਲ ਕਿਵੇਂ ਤੁਲਨਾ ਕਰ ਦੇਵੇਂਗੀ ਮਹਾਤਮਾ ਬੁੱਧ ਦੀ ਸੋਚ ਦੀ? ਖੈਰ, ਸਾਰੀਆਂ ਗੱਲਾਂ ਮੈਂ ਇਸ ਦੀਵਾਨ ਤੋਂ ਨਹੀਂ ਸਾਂਝੀਆਂ ਕਰ ਸਕਦਾ ਜਿੰਨੀਆਂ ਉਹਨੇ ਆਪਣੇ ਵਿਸ਼ੇ ਵਿੱਚ ਕੋਟ ਕੀਤੀਆਂ ਹਨ, ਪਰ ਮੈਂ ਬੇਨਤੀ ਜ਼ਰੂਰ ਕਰਾਂਗਾ ਗੁਰੂ ਪਿਆਰਿਓ, ਸਾਨੂੰ ਅੱਜ ਲੋੜ ਹੈ ਕਿ ਇਹੋ ਜਿਹੇ ਹਮਲੇ, ਤੁਸੀਂ ਸ਼ਿਵਾ ਜੀ ਮਰੱਟਾ ਦੀ ਗੱਲ ਆ ਲਓ, ਇੱਕ ਦਲਿਤ ਰਾਜਾ ਬਣਿਆ ਅਤੇ ਜਦੋਂ ਰਾਜਾ ਬਣਿਆ ਇੱਥੋਂ ਦੀਆਂ ਉੱਚ ਜਾਤੀਆਂ ਬ੍ਰਾਹਮਣਾਂ ਨੇ ਤਿਲਕ ਹੱਥ ਨਾਲ ਨਹੀਂ ਦਿੱਤਾ, ਪੈਰ ਦੇ ਖੱਬੇ ਅੰਗੂਠੇ ਦੇ ਨਾਲ ਉਹਨੂੰ ਤਿਲਕ ਲਾਇਆ, ਕਿਉਂਕਿ ਸ਼ੂਦਰ ਹੈ ਮਰਹੱਟਾ, ਸ਼ਿਵਾ ਜੀ ਮਰਹੱਟਾ ਰਾਜਾ ਸੀ। ਅਤੇ ਅੱਜ ਜਿਹੜੀ RSS ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਉਸ ਮਰਹੱਟੇ ਦੇ ਨਾਲ, ਸ਼ਿਵਾ ਜੀ ਦੇ ਨਾਲ ਸਥਾਪਿਤ ਕਰ ਦਿੱਤੀ ਹੈ, ਸਿੱਖ ਧਰਮ ਨੂੰ ਨੀਵਾਂ ਕਰਨ ਵਾਸਤੇ ਨਾ, ਵੀ ਸਿੱਖ ਧਰਮ ਉੱਚੀ ਗੱਲ ਨਾ ਕਰ ਸਕੇ। ਜਿਹਨੂੰ, ਜਿਸ ਵਿਅਕਤੀ ਨੂੰ ਤੁਸੀਂ ਆਪ ਸ਼ੂਦਰ ਮੰਨਦੇ ਹੋ, ਉਹਦੀ ਤਸਵੀਰ ਤੁਸੀਂ ਗੁਰੂ, ਇੱਕ ਰਾਜੇ ਦੀ ਤਸਵੀਰ ਗੁਰੂ ਦੇ ਨਾਲ ਅੰਕਿਤ ਕਰ ਦਿੱਤੀ, ਪਰ ਕਾਰਨ ਇੱਕੋ ਹੀ ਹੈ ਕਿ ਉਹ ਕਿਤੇ ਨਾ ਕਿਤੇ ਸਾਨੂੰ ਮਲੀਆ ਮੇਟ ਕਰਨਾ ਚਾਹੁੰਦੇ। ਪਿਆਰੇ, ਉਹ ਬੇਨਤੀ ਕਰਾਂ, ਆਪਣੇ ਧਰਮ ਬਾਰੇ ਜ਼ਰੂਰ ਪੜ੍ਹੋ। ਅਸੀਂ, ਸਾਨੂੰ ਹੱਕ ਨਹੀਂ ਕਿਸੇ ਬਾਰੇ ਬੋਲ ਸਕੀਏ, ਪਰ ਅਸੀਂ ਆਪਣੇ ਗੁਰੂ ਦੀ ਵਡਿਆਈ 'ਤੇ ਕਰ ਸਕਦੇ ਹਾਂ, ਅਸੀਂ ਆਪਣੇ ਗੁਰੂ ਦੀ ਉਪਮਾ 'ਤੇ ਕਰ ਸਕਦੇ ਹਾਂ। ਸਾਡੇ